ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਬੁੱਢਾ ਦਲ ਗੱਤਕਾ ਅਕੈਡਮੀ ਦਿੱਲੀ ਦਾ ਪ੍ਰਧਾਨ ਬਣਾਇਆ ਗਿਆ ਏ। ਪਟਿਆਲਾ ਵਿੱਚ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਸਣੇ ਕਈ ਪੰਥਕ ਸ਼ਖਸੀਅਤਾਂ ਅਤੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਦੀ ਮੌਜੂਦਗੀ ਵਿੱਚ ਕਾਲਕਾ ਨੂੰ ਇਹ ਸੇਵਾ ਦਿੱਤੀ ਗਈ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਦੱਸਿਆ ਕਿ ਸਰਦਾਰ ਚੰਮਣ ਸਿੰਘ ਬੁੱਢਾ ਦਲ ਦੇ ਧਾਰਮਿਕ ਵਿੰਗ ਦੀ ਦੇਖਰੇਖ ਕਰਨਗੇ। ਇਸ ਮੌਕੇ ਉਨ੍ਹਾਂ ਦਿੱਲੀ ਕਮੇਟੀ ਦੇ ਕਾਰਜਾਂ ਦੀ ਤਾਰੀਫ ਵੀ ਕੀਤੀ। ਕਾਲਕਾ ਨੇ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਅਤੇ ਸਰਦਾਰ ਚਮਨ ਸਿੰਘ ਜੀ ਨੂੰ ਇਹ ਬੇਨਤੀ ਕਰਦਾ, ਇਹਨਾਂ ਦੇ ਨਾਲ ਜਿੰਨੇ ਵੀ ਆਏ ਨੇ ਮੈਂਬਰ ਸਾਹਿਬਾਨ, ਕਿਉਂਕਿ ਜਿਹੜੀ ਗੁਰੂ ਸਾਹਿਬ ਨੇ ਇਹ ਜਿਹੜੀ ਮਰਿਆਦਾ ਚਲਾਈ ਹੋਈ ਹੈ, ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ, ਅਤੇ ਗੱਤਕਾ ਜਿਹੜਾ ਇਹ ਮਾਰਸ਼ਲ ਆਰਟ ਗੇਮ ਹੈ ਜਿਹੜੀ ਬਾਣੇ ਦੇ ਵਿੱਚ ਰਹਿ ਕੇ ਸਿੰਘ ਖੇਡਦੇ ਨੇ, ਅਤੇ ਉਹ ਹੋਰ ਵੀ ਚਾਰ ਚੰਨ ਲੱਗਦੇ ਨੇ। ਆਪਾਂ ਦੇਖਦੇ ਸ਼ੁਰੂ ਤੋਂ ਲੈ ਕੇ ਨਿਹੰਗ ਸਿੰਘ ਫੌਜਾਂ ਨੇ ਜਿਹੜਾ ਇਹ ਵਿਰਸੇ ਨੂੰ ਸੰਭਾਲਿਆ ਹੋਇਆ, ਅਤੇ ਜਿਹੜੇ ਆਪਾਂ ਦੇਖਦੇ ਹਾਂ ਹੋਰ ਆਪਣੇ ਸਕੂਲਾਂ ਦੇ ਵਿੱਚ ਉਹ ਗੇਮਾਂ ਆਪਾਂ ਕਹਿੰਦੇ ਹਾਂ, ਪਰ ਇਹ ਜਿਹੜੀ ਮਰਿਆਦਾ ਦੇ ਵਿੱਚ ਤੁਸੀਂ ਇਹ ਪੂਰਾ ਧਿਆਨ ਰੱਖਣਾ, ਮਰਿਆਦਾ ਦਾ ਜਿਹੜਾ ਮਰਿਆਦਾ ਦੇ ਵਿੱਚ ਰਹਿ ਕੇ ਹੋਏ ਜਿਹੜੇ ਹੈ ਸਿੰਘ ਪੂਰੇ ਤਿਆਰ ਪ੍ਰਤਿਆਰ ਹੋ ਕੇ ਆਪਾਂ ਕੋਸ਼ਿਸ਼ ਕਰਨੀ ਹੈ, ਅਤੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਅਤੇ ਜਿਹੜੇ ਗੱਤਕੇ ਦੇ ਮਾਰਸ਼ਲ ਆਰਟ ਗੇਮ ਹੈ ਜਿਹੜੀ ਹੈ ਪੂਰੀ ਚੜ੍ਹਦੀ ਕਲਾ ਦੇ ਨਾਲ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਆਪਾਂ ਪੂਰਨ ਤੌਰ 'ਤੇ ਜਿਹੜਾ ਇਹਦਾ ਪ੍ਰਚਾਰ ਵੀ ਕਰਨਾ। ਸਾਰੇ ਜਿਹੜੇ ਮੈਂਬਰ ਸਾਹਿਬਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਏ ਨੇ, ਮੈਂ ਸਮੁੱਚੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ, ਬਹੁਤ ਬਹੁਤ ਵਧਾਈਆਂ ਹਰਮੀਤ ਸਿੰਘ ਜੀ ਕਾਲਕਾ ਜੀ ਅਤੇ ਸਰਦਾਰ ਚਮਨ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ। ਅੱਜ ਬਾਬਾ ਬਲਬੀਰ ਸਿੰਘ ਹੋਣਾ ਨੇ ਜਿਹੜੀ ਜਿੱਥੇ ਅਕੈਡਮੀ ਦੀ ਓਪਨਿੰਗ ਕੀਤੀ ਹੈ, ਬਾਬਾ ਬੁੱਢਾ ਦਲ ਗੱਤਕਾ ਅਕੈਡਮੀ ਦਿੱਲੀ ਵਿਖੇ, ਉਹਦੇ ਵਿੱਚ ਇਹਨਾਂ ਨੇ ਸਾਨੂੰ ਸੇਵਾ ਸੌਂਪੀ ਹੈ ਔਰ ਜਿਹੜੀ ਮੈਂ ਸਮਝਦਾ ਵਾਂ ਕਿ ਵਿਸ਼ਵਾਸ ਲੈ ਕੇ ਮਨਸ਼ਾ ਲੈ ਕੇ ਜਿਹੜਾ ਇਹਨਾਂ ਨੇ ਕਾਰਜ ਰੱਖਿਆ ਗੁਰੂ ਮਹਾਰਾਜ ਨੂੰ ਅੱਗੇ ਵਧਾਉਣਗੇ ਔਰ ਅਸੀਂ ਆਪਣੀ ਇਮਾਨਦਾਰੀ ਤਨਦੇਹੀ ਦੇ ਨਾਲ ਇਸ ਅਕੈਡਮੀ ਨੂੰ ਅੱਗੇ ਚਲਾਵਾਂਗੇ। ਇਸ ਅਕੈਡਮੀ ਦਾ ਮੁੱਖ ਉਦੇਸ਼ ਜਿੱਥੇ ਆਪਣੇ ਬੱਚਿਆਂ ਨੂੰ ਮਾਰਸ਼ਲ ਆਰਟਸ ਦੇ ਨਾਲ ਜੋੜਨਾ, ਬੱਚਿਆਂ ਨੂੰ ਸੈਲਫ ਡਿਫੈਂਸ ਦੇ ਨਾਲ ਜੋੜਨਾ, ਗੁਰਮਤਿ ਦੇ ਨਾਲ ਜੋੜਨਾ ਔਰ ਆਪਣੀ ਬਾਣੀ ਬਾਣੇ ਦੀ ਜਿਹੜੀ ਰਾਖੀ ਕਰਨਾ ਔਰ ਬਾਣੀ ਬਾਣੇ ਦੇ ਨਾਲ ਜੋੜਨ ਦੀ ਗੱਲ ਕਰਨੀ ਹੈ ਅਸੀਂ ਬੱਚਿਆਂ ਨੂੰ, ਅਸੀਂ ਇਹ ਉਦੇਸ਼ ਲੈ ਕੇ ਆਪਣੀ ਦਿੱਲੀ ਦੇ ਵਿੱਚ ਇਹ ਕਾਰਜ ਕਰਾਂਗੇ।